ਚਲਾਉਂਦੇ। ਸਾਡੀ ਦਾਦੀ ਖੁਦ ਰਹਿ ਗਈ ਸੀ, ਸਾਡੀ ਮਾਂ ਰਹਿ ਗਈ ਸੀ, ਭੂਆ ਵੀ ਇਹ ਰਹਿ ਗਏ, ਅਸੀਂ ਜਾਣਾ। ਫੇਰ ਬਾਪੂ ਜਾ ਕੇ ਲੈ ਲੈਣ, ਨਹੀਂ ਤੁਹਾਡੀ ਦਾਦੀ ਤੇ ਮਾਂ ਤੇ ਭੂਆ ਕਹਿੰਦੇ ਅਸੀਂ ਨੀ ਜਾਣਾ ਪਿੰਡ, ਉਹ ਇੱਕ ਬੱਚਾ ਹੋਇਆ ਸਾਡੇ ਭੂਆ ਵਾਲਾ। ਕੰਪ ਬਣ ਗਿਆ ਸੱਚੇ ਸੋਦੇ, ਇਕੱਠੇ ਹੋ ਗਏ ਨੇ ਇਕੱਠੇ ਹੋ ਸੱਚੇ ਸੋਦੇ ਬਣਿਆ। ਅੱਛਾ, ਕੰਪਨੀ ਦਾ ਲੋਕ ਮੀਨਾ ਮੀਨਾ ਰਹੇ ਤੁਸੀਂ? ਇੱਥੇ ਗੋਲੀ ਚੱਲੀ ਸੀ ਕੰਪੇ ਚ। ਅੱਛਾ, ਗੱਡੀ ਆਈ ਹੈ ਇਧਰੋਂ ਛਦਰ ਵੱਲੋਂ। ਅੱਛਾ, ਤੇ ਬਾਲੀਗਾਂ ਨੂੰ ਕੋਈ ਕੁੜੀ ਲੋਕ ਆਖਣ ਪਾਕਿਸਤਾਨ ਗੱਡੀ ਇੱਕ ਲੈ ਗਈ ਸੀ ਪਰ ਕਿੱਥੋਂ ਦੋ ਜੀ ਜੀ, ਤੇ ਗੱਡੀ ਆ ਗਈ, ਚੜੋ ਚੜੋ, ਉਹਨਾਂ ਕੋਲ ਗੋਲੀ ਚਲਾਤੀ, ਉੱਥੇ ਬੰਦੇ ਬੜੇ ਮਰੇ ਉਦੋਂ ਗੋਲੀ ਜਦੋਂ ਆਪਣਾ ਚਲਾਈ ਉਹਨਾਂ। ਇਹਦਾ ਸਾਡੇ ਪਿੰਡ ਦਾ ਸੀ, ਉਹ ਕੈਂਠਾ ਸੀ ਉਹਦੇ ਨਾਲ ਬੰਦਾ। ਅੱਛਾ, ਉਹ ਲੱਗਾ ਉਹਦਾ ਲਾਣ ਦੇ ਉਹਨੂੰ, ਉਹ ਵੀ ਨਾਲੇ ਲੜ ਗਿਆ ਉਹਦੇ। ਬੜਾ ਔਖਾ ਟਾਈਮ ਸੀ ਬਾਪੂ, ਬੜਾ ਬੜਾ ਤੁਸੀਂ ਤੇ ਆਪਣਾ ਅੱਖੋਂ ਵੇਖਿਆ ਸਾਰਾ ਸਾਰਾ ਸਾਰਾ। ਅਰੇ ਮੇ ਉਹ ਜਿਹੜਾ ਤੇਰਾ ਮੇਰਾ ਪਿਆਰ ਹੈ, ਮੈਂ ਹੀ ਤੇਰਾ ਦੁਸ਼ਮਣ ਹੋ ਗਿਆ, ਤੂੰ ਮੇਰਾ ਹੋ ਗਿਆ। ਸਹੀ ਗੱਲ, ਬੜੀ ਮਾੜੀ ਹੱਟ ਹੋਈ, ਬੜੀ ਵੱਧ ਕਰ ਦਿੱਤੀ। ਸਹੀ ਗੱਲ, ਨਾ ਨਾ ਸਾਡੇ ਪਿੰਡ ਦੇ ਹਿਲਦੇ ਵੀ ਨਹੀਂ ਸਨ ਮੁਸਲਮਾਨ। ਇਹ ਇੱਥੇ ਦੇ ਸਾਡੇ ਜਿਹੜੇ ਕੜੀਆ ਸੀ ਇਹਨਾਂ ਪਿੰਡਾਂ ਹੀ ਨਾ, ਸਾਡਾ ਸਿੱਖਾਂ ਦਾ ਜ਼ੋਰ ਸੀ, ਸਾਰਾ ਪਿੰਡ ਸਾਰੇ ਸਿੱਖਾਂ ਦਾ ਨੇੜੇ। ਇਹ ਤਾਂ ਮੁਸਲਮਾਨ ਕਮੀ ਕੁਮੀ ਸਾਰੇ, ਜਾਂ ਜਿਹੜੀ ਬੁੱਢੀ ਕੜੀਆ ਹੈ ਉੱਥੇ ਸਾਨੂੰ ਮੁਸਲਮਾਨ ਸਾਰਾ ਪਿੰਡ। ਤੁਹਾਡਾ ਪਿੰਡ ਆਪਣਾ ਰੋਪ ਸਿੱਖਾਂ ਦਾ ਸੀ ਜ਼ਿਆਦਾ ਸਾਰਾ, ਨੰਬਰਦਾਰੀ ਤੁਹਾਡੇ ਕੋਲ ਸੀ? ਸਾਰਾ ਕੁਝ ਸਾਡੇ ਕੋਲ ਸੀ, ਤੁਹਾਡੇ ਕੋਲ ਸੀ। ਤੁਹਾਡੀ ਗੱਲਾਂ ਸੁਣ ਕੇ ਉਹ ਅਕੇਲਾ ਵੀ ਸਾਡੇ ਸਾਡੇ ਤਾਂ ਆਪਣੇ ਸਿੱਖ ਨੇ ਸਾਡੇ ਥੁੱਟ ਕੇ ਗਏ ਨੇ, ਅੱਜ ਵੀ ਯਾਦ ਕਰਦਾ ਉੱਥੇ ਜਾਂਦੀਆਂ ਨੇ। ਆਪਾਂ ਨੇ ਕਈਆਂ ਦੀ ਗੱਲਾਂ ਵੀ ਕਰਾਈਆਂ ਬਾਪੂ, ਜਿਵੇਂ ਕੋਈ ਯਾਰ ਬੇਲੀ ਮਿਲਦਾ ਤਾਂ ਕੀ ਪਤਾ ਤੁਹਾਡੀ ਉਮਰ ਦਾ ਕੋਈ ਯਾਰ ਬੇਲੀ ਜਾਂਦਾ ਹੀ ਹੋਵੇ। ਬਾਪੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹੋਰ ਜੀ ਠੀਕ ਠਾਕ ਹੋ ਬਾਪੂ ਜੀ? ਵਧੀਆ, ਮਹਾਰਾਜ ਰੱਖੇ। ਠੀਕ ਹੈ, ਠੀਕ ਹੈ, ਸ਼ੁਕਰ। ਬਾਪੂ ਜੀ ਆਪਣਾ ਨਾਂ ਕੀ ਤੁਹਾਡਾ? ਜੀਤ ਸਿੰਘ। ਜੀਤ ਸਿੰਘ, ਤੇ ਆਪਣੇ ਪਾਪਾ ਜੀ ਦਾ? ਸਰਦਾਰ ਕਰਤਾਰ ਸਿੰਘ। ਸਰਦਾਰ ਕਰਤਾਰ ਸਿੰਘ, ਕਰ ਲੋ ਥੱਲੇ ਕਰ ਲੋ ਹੱਥ ਕੋਈ। ਤੇ ਆਪਣੇ ਦਾਦਾ ਜੀ ਦਾ ਕੀ ਨਾਂ ਸੀ? ਮੰਗਲ ਸਿੰਘ। ਮੰਗਲ ਸਿੰਘ ਹੈ, ਤੇ ਪਰਦਾਦੇ ਦਾ ਨਾਮ ਠਾਕਰ ਸਿੰਘ। ਵਾਹ ਜੀ ਵਾਹ, ਪਰਦਾਦੇ ਦਾ ਨਾਮ ਠਾਕਰ ਸਿੰਘ ਹੈ। ਠੀਕ ਹੈ, ਠੀਕ ਹੈ। ਤੇ ਆਪਣੀ ਯਾਦ ਕਿਹੜੀ ਬਾਪੂ ਜੀ? ਵਿਰਕ। ਵਿਰਕ ਹੈ, ਵਿਰਕ। ਠੀਕ, ਠੀਕ। ਤੇ ਤੁਹਾਡਾ ਜਨਮ ਪਾਕਿਸਤਾਨ ਦਾ ਬਾਪੂ ਜੀ? ਪਾਕਿਸਤਾਨ ਦਾ। ਜਦੋਂ ਤੁਸੀਂ ਇੱਧਰ ਆਏ ਉਸ ਟਾਈਮ ਕਿੰਨੇ ਸਾਲ? 13 ਸਾਲਾਂ ਦਾ ਮੈਂ ਪਾਕਿਸਤਾਨ ਚ। 13 ਸਾਲ ਦੇ ਵੀ ਤੁਹਾਨੂੰ ਸਾਰਾ ਸੰਭਾਲ ਆਪਣਾ ਹੈ? ਆਪਣਾ ਸੰਭਾਲ ਜਿੱਦ ਰਹੇ ਹਾਂ ਅਸੀਂ। ਠੀਕ, ਠੀਕ, ਠੀਕ। ਅਸੀਂ ਰਹੇ ਹਾਂ ਚੱਬਰੀ, ਫਿਰ ਰਹੇ ਹਾਂ ਅਸੀਂ ਕੋਟੀ। ਅੱਛਾ ਅੱਛਾ, ਦੋ ਤਿੰਨ ਦਿਨ ਫਿਰ ਪੁੱਛਾਂਗੇ ਤੁਹਾਡੇ ਕੋਲ ਸਾਰਾ। ਫਿਰ ਕੋਈ ਨੀ, ਉਹ ਵੀ ਪੁੱਛਣਾ ਤੁਹਾਨੂੰ ਸਾਰਾ ਆਪਣਾ। ਹੁਣ ਇਹ ਦੱਸੋ ਪਾਕਿਸਤਾਨ ਕਿਹੜਾ ਪਿੰਡ ਸੀ ਆਪਣਾ? ਗਰਮੂਲਾ। ਗਰਮੂਲਾ ਹੈ, ਤੇ ਗਰਮੂਲੇ ਦਾ ਨਾਲ ਨਾਲ ਕਿਹੜੇ ਪਿੰਡ ਸੀ? ਉਹਦੇ ਨਾਂ ਸਾਨੀ ਪੰਗਾ ਮਾ। ਅੱਛਾ, ਸੋਕੇ। ਅੱਛਾ ਅੱਛਾ, ਸੋਕੇ ਸੋਕੇ। ਉਦੋਂ ਅੱਗੇ ਸਹੀ ਤੇਰਾ ਖਾਰਾ ਖਾਰਾ ਖਾਰਾ। ਅੱਛਾ ਅੱਛਾ, ਉਹ ਫੇਰ ਆ ਜਾ ਇਧਰ ਕੜਿਆਲ। ਕੜਿਆਲ, ਅੰਤੀਰ। ਅੰਤੀਰ ਹੈ, ਇਹ ਨਾਲ ਨਾਲ ਪਿੰਡ ਨਾਲ ਨਾਲ ਅੱਗੇ ਫੇਰ ਆ ਜਾ ਕੇ ਇਧਰ ਬਸੇ ਨੇ ਸਾਡੇ ਚੋਤਾ ਤੋਂ ਬਾਅਦ। ਤੇ ਆਪਣਾ ਜ਼ਿਲ੍ਹਾ ਕਿਹੜਾ ਸੀ ਬਾਪੂ ਜੀ ਉੱਥੇ? ਕੁਜਰਾਲਾ। ਅੱਛਾ, ਜ਼ਿਲ੍ਹਾ ਕੁਜਰਾਲਾ ਸੀ। ਠੀਕ, ਠੀਕ, ਠੀਕ। ਤੇ ਬਾਪੂ ਜੀ ਹੁਣ ਇਹ ਦੱਸੋ ਵੀ ਆਪਣਾ ਜਿਹੜਾ ਤੁਹਾਡਾ ਪਿੰਡ ਸੀ ਉੱਥੇ ਘਰ ਕੱਚੇ ਸਨ ਪੱਕੇ ਸਨ ਆਪਣੇ ਪਿੰਡ? ਬਸ ਬਾਹਲਾ ਦੇ ਕੱਚੇ ਸਨ, ਗੁਰਦੁਆਰਾ ਪੱਕੇ ਸੀ, ਆਮ ਮਿਲਣਾ ਪਿੰਡ ਸਾਡੇ ਜਿਹੜੀ ਗੁਰਦੁਆਰੇ ਗਲੀ ਜਾਂਦੀ ਸਾਡੇ ਘਰ ਉਹ ਪੱਕੀ, ਦੂਜੀਆਂ ਵਾਲੀਆਂ ਮਤਲਬ। ਠੀਕ, ਠੀਕ, ਨਿੱਕੀ ਟਾਣੀ। ਠੀਕ,
ਤੇ ਬਾਪੂ ਜੀ ਹੁਣ ਇਹ ਦੱਸੋ ਵੀ ਆਪਣਾ ਜਿਹੜਾ ਤੁਹਾਡਾ ਪਿੰਡ ਹੁੰਦਾ ਸੀ, ਪਿੰਡ ਵਿੱਚ ਗੁਰਦੁਆਰਾ ਸਾਹਿਬ ਵੀ ਸੀ? ਪਿਛਲੇ ਸਾਹਿਬ ਅੱਛਾ, ਪਿਛਲਾ ਇੱਕ ਹੀ ਬਣਿਆ ਗੁਰਦੁਆਰਾ? ਇੱਕੋ? ਅੱਛਾ ਅੱਛਾ, ਪੱਕਾ ਬਣਾਇਆ ਸੀ ਗੁਰਦੁਆਰਾ? ਮਮਟੀ ਇਸ ਤਰ੍ਹਾਂ ਸੀ? ਅੱਛਾ ਅੱਛਾ, ਇਸ ਤਰ੍ਹਾਂ ਪੱਕਾ ਵਧੀਆ ਬਣਾਇਆ ਜਗਦੇ ਵਾਲੀ ਸਾਰੇ ਪਿੰਡ ਵਾਲੇ? ਠੀਕ ਜੀ, ਦੂਰੋਂ ਦਿਸਦਾ? ਅੱਛਾ ਅੱਛਾ, ਦੂਰੋਂ ਦਿਸਦਾ ਹੈ। ਤੇ ਆਪਣੇ ਪਿੰਡ ਵਿੱਚ ਸਕੂਲ ਵੀ ਹੁੰਦਾ ਸੀ? ਸਕੂਲ ਵੀ ਸੀ। ਤੁਸੀਂ ਪੜ੍ਹੇ ਬਾਪੂ ਜੀ ਉੱਥੇ? ਹਾਂ, ਇੱਕ ਮੈਂ ਇੱਕ ਦੋ ਜਾਂਦਾ ਰਿਹਾ ਥੋੜੇ ਦਿਨ, ਫਿਰ ਇੱਧਰ ਆ ਗਿਆ। ਅੱਛਾ ਅੱਛਾ, ਇੱਕ ਦੋ ਦਿਨ ਗਏ ਜੋ, ਉਸ ਤੋਂ ਬਾਅਦ ਨਹੀਂ ਗਏ? ਠੀਕ ਠੀਕ, ਪਿੰਡ ਵਿੱਚ ਸਕੂਲ ਸੀ ਇਸ ਪਾਸੇ ਆਪਣੇ ਪਿੰਡ ਵਿੱਚ ਕਿਹੜੀ ਕਿਹੜੀ ਜਾਤਾਂ ਰਹਿੰਦੀਆਂ ਬਾਪੂ? ਸਾਡੇ ਪਿੰਡ ਜਾਤਾਂ ਸਿਰਫ ਦੋ ਸਨ ਮੈਨੂੰ ਜਾਂ ਸਮਾਜ ਨੇ। ਇੱਕ ਮਲਾਵੇ ਵੱਲੋਂ ਜਾਤ ਉਹਨਾਂ ਸੀ ਸਿੱਧੂ, ਸਿੱਧੂ ਮਲਾਵੇ ਆਖਿਆ, ਮਲਾਵੇ ਆਖ ਇੱਕ ਘਰ ਹੋਰ ਸੀ, ਦੂਜਾ ਸਾਰਾ ਪਿੰਡ ਇੱਕ ਜਾਤਦਾ ਹੈ। ਅੱਛਾ ਅੱਛਾ, ਕਰ ਲਾ ਨਾਲ ਹੀ ਕਰ ਲਾ ਕੁਰਸੀ, ਬਹਿ ਜਾ ਨਾਲ, ਬਹਿ ਜਾ, ਕੋਈ ਨੀ, ਕਰ ਲਾ ਕੁਰਸੀ ਨਾਲ। ਉਹ ਮਲਾਵੇ ਜਿਹੜੇ ਉਹ ਬੈਠੇ ਨੇ ਕੋਈ ਇੱਥੇ, ਇੱਕ ਘਰ ਜਦੋਂ ਇਹ ਬੈਠਾ ਸੀ। ਅੱਛਾ ਅੱਛਾ, ਇੱਕ ਘਰ ਉੱਥੇ ਬੈਠਾ ਪਿਪਲੀ ਬਾਜ ਰਹੇ। ਠੀਕ ਠੀਕ, ਤੇ ਮੁਸਲਮਾਨ ਵੀ ਰਹਿੰਦੇ ਹੁਣ ਪਿੰਡ ਚ? ਮੁਸਲਮਾਨ ਸਨ, ਮੁਸਲਮਾਨ ਜਿਹੜੇ ਸਨ ਜ਼ਮੀਨ ਵਾਲੇ, ਉਹ ਡੇਰੇ ਸਨ, ਗਾੜਿਆ ਡੇਰਾ ਵੱਜਦਾ ਸੀ ਉਹ ਪਿੰਡੋਚੀ ਸਾਰੇ ਸਨ, ਸਾਰੀਆਂ ਜਾਤਾਂ ਘੁਮਿਆਰ ਸਾਡੇ ਕਨਾਲ ਸਨ, ਘਰ ਘਰ ਦੇ ਨਾਲ ਘੁਮਿਆਰ ਰਹਿੰਦੇ ਸਨ, ਘੁਮਿਆਰ ਵੀ ਸਨ ਸਾਡੇ ਰਸਾਨੇ ਵਾਲੇ ਮਾਨ ਸਿੰਘ ਹਰੀ, ਇਹਨਾਂ ਦਾ ਤੇ ਉਹਦਾ ਘੁਮਿਆਰ ਵਾਲੇ ਘਰ ਸੋਮ ਸਮ। ਅੱਛਾ ਅੱਛਾ ਅੱਛਾ, ਤੇ ਬਾਪੂ ਜਿਹੜਾ ਤੁਹਾਡੇ ਗੁਆਂਢੀ ਹੰਗ ਘੁਮਿਆਰ, ਉਹਦਾ ਨਾਂ ਯਾਦ ਜੀ ਕਿਸੇ ਦਾ? ਉਹਦਾ ਲੱਦਾ, ਫਿਰ ਲੱਦਾ ਲੱਦਾ, ਠੀਕ ਠੀਕ, ਲੱਦਾ ਘੁਮਿਆਰ ਹੈ ਸਾਰੇ ਸਾਡੇ ਨਾਲ ਮੂਹੇ ਦੇ ਸਾਹਮਣੇ ਸੀ। ਅੱਛਾ, ਮੂਹੇ ਦੇ ਸਾਹਮਣੇ ਘਰ ਸੁਣਾ ਦਾ ਤੇ ਸਾਡੇ ਇਸ ਪਾਸੇ ਉਹਦਾ ਇਸ ਪਾਸੇ ਸੀ। ਹਾਂ ਹਾਂ, ਸਾਡੀ ਮੱਝੀ ਮੱਝੀ ਉਹ ਚੋਂਦਾ ਸੀ। ਅੱਛਾ, ਕੁਮਾਰ ਹੈ, ਠੀਕ ਠੀਕ, ਮਤਲਬ ਆਪਣਾ ਮੱਝਾਂ ਮੁੱਝਾਂ ਚੋਤੀਆਂ ਜਿਵੇਂ ਕਿਤਾਬਾਂ ਕਰਦਾ ਬਸ ਉਹ ਗੁਆਂਢ ਜਸੀ ਦੇ, ਹੋਰ ਕਮੀ ਦੇ ਗੁਆਂਢ ਹੀ ਸਾਡੇ। ਹਾਂਜੀ ਹਾਂਜੀ, ਠੀਕ ਠੀਕ, ਇੱਕ ਮਾਨੇ ਘਰ ਸਾਰੇ ਇਕੱਠੇ ਸਨ, ਕੋਲ 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 ਸਨ ਸਾਰੇ ਘਰ, ਠੀਕ। ਤੇ ਬਾਪੂ ਜੀ ਗਮਾਨੇ ਗਏ ਬਣਸੇ ਸਾਰੇ ਅਸੀਂ ਇਕੱਠੇ ਸਾਈਕ, ਠੀਕ ਠੀਕ। ਤੇ ਬਾਪੂ ਜੀ ਹੁਣ ਇਹ ਦੱਸੋ, ਜਦੋਂ 47 ਦਾ ਕੰਮ ਬਣਿਆ, ਜਦੋਂ ਵੰਡ ਹੋਈ ਹੈ ਤਾਂ ਤੁਹਾਨੂੰ ਕਿਵੇਂ ਪਤਾ ਲੱਗਾ ਸੀ ਆਪਾਂ ਪਿੰਡੋਂ ਨਿਕਲਣਾ? ਪਿੰਡੋਂ ਨਿਕਲਣਾ ਬਹੁਤ ਆਮ ਰੋਲਾ ਪੈ ਗਿਆ ਸੀ, ਸਾਡਾ ਬਾਪ ਗਿਆ ਸੀ ਇਹਨਾਂ ਕੋਲ। ਅੱਛਾ ਅੱਛਾ, ਇੱਧਰ ਆਇਆ ਤੇ ਆਉਂਦਾ ਹੈ, ਅਸਾਂ ਸਾਡੇ ਜੀ ਪੁੱਛਣ ਲੱਗੇ ਵੀ ਤੂੰ ਕਿੱਥੇ ਰਿਹਾ ਇੰਨੇ ਦਿਨ, ਪੁਲਿਸ ਇੱਕ ਸਾਡਾ ਮੁੰਡਾ ਮਰ ਗਿਆ ਸੀ ਉਹ ਤੰਗ ਕਰ ਰਹੀ, ਆਖਣ ਲੱਗਾ ਬਹੁਤ ਮੈਂ ਤਾਂ ਉੱਧਰ ਗਿਆ, ਉੱਧਰ ਤਾਂ ਬੜਾ ਰੋਲਾ ਪਿਆ, ਲੋਕ ਮਰਦੇ ਨੇ ਪੈਰ ਮਾਰ, ਤਾਂ ਹੀ ਸਾਡੇ ਡਾਰ ਦੇ ਵਿੱਚ ਮੁਰਦੇ ਆਉਣ ਲੱਗ ਗਿਆ ਕੁੜੀ, ਡਾਰ ਸਾਡੇ ਨਾ ਖੂਹ ਨਾਲ ਬੜੀ ਡਾਰ ਵੱਡੀ ਵਿਆਹ ਹੈ ਨਾ, ਬੱਚੇ ਡਾਰ ਸੀ ਸਾਡੇ ਖੂਹ ਕੋਲ। ਅੱਛਾ, ਤੁਹਾਡੇ ਖੂਹ ਕੋਲ ਨਾਰ ਲੱਗਦੀ ਸੀ? ਅੱਛਾ, ਉਹ ਨਵਾਜਦੇ ਮੱਝੀ ਵਿੱਚ ਮੁਰਦੇ ਆਉਣ ਲੱਗ ਗਿਆ, ਸਾਡੇ ਮਰ ਕੋਲ ਸੱਟੀ ਹੋਣਾ, ਪਰ ਦੂਜੇ ਦਿਨ ਸਾਡੇ ਕੋਲ ਤਰਜੇ ਆ ਗਏ ਸਾਡੇ ਨਾਨਕੇ ਦੇ ਲੋਕ, ਸਾਡੇ ਪਿੰਡ ਦਾ ਬੜਾ ਵੱਡਾ ਗਰਮੂਲਾ ਦੇ ਲੋਕ ਸਾਡੇ ਕੋਲ ਆ ਗਏ। ਅੱਛਾ, ਉੱਥੇ ਉਹਨਾਂ ਕੁੜੀ ਚੌਂਕੀ ਸੀ, ਚੌਂਕੀ ਤੇ ਬੋਰੀਆਂ ਲਾਤੀਆਂ ਰੇਤ ਦੀਆਂ ਤੇ ਮਸ਼ੀਨਾਂ ਤੇ ਬੀੜ ਦਿੱਤੀਆਂ, ਮੈਂ ਲੋਕ ਫਿਰ ਭੱਜ ਹੋ ਗਏ ਉੱਥੇ ਵਿਚਾਰੇ ਡਰਦੇ ਡਰਦੇ। ਅਸੀਂ ਤੁਹਾਡੇ ਪਿੰਡ ਚ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ, ਕੋਈ ਵੀ ਵੱਢ ਟੁੱਕ ਹੋਈ ਹੋਵੇ ਪਿੰਡ ਵਿੱਚ? ਨਾ, ਪਿੰਡ ਦੇ ਮੁਸਲਮਾਨਾਂ ਕੋ ਚੱਕਿਆ ਹੋਵੇ? ਨਾ, ਉਦੋਂ ਨੀ ਸਾਨੂੰ ਕਿਸੇ ਆਖਿਆ, ਜਿਹੜੇ ਰਹਿ ਗਏ ਸਨ ਸਾਡੇ, ਹਾਂਜੀ ਜਿਵੇਂ ਅਸੀਂ ਨਿਕਲ ਆਇਆ ਤੇ ਵਡੇਰੇ ਰਹਿ ਗਏ, ਉਹਨਾਂ ਕੁੜੀਆਂ ਦਾ ਮਾਰੇ। ਅੱਛਾ ਅੱਛਾ, ਪਿੰਡ ਦੇ ਮਾਰੇ ਕਿ ਲਾਮ ਦੇ ਪਿੰਡਾਂ ਦੇ? ਲਾਮ ਦੇ ਪਤਾ ਨੀ, ਆਹ ਪਿੰਡ ਲੋਕ ਦਾ ਜਿਹੜੇ ਕੰਬੀ ਦੋਨੋਂ ਹੀ ਮਾਰ ਚੱਲੇ, ਕੀ ਪਤਾ ਉਹ ਮਾਰੇ ਮੌਕੇ ਮੌਕੇ ਲੋਕਾਂ ਦੇ ਕੰਮੀ ਸਨ ਜਿਹੜੇ ਤੇਲੀ ਇਹਨਾਂ ਦੇ ਰਲ ਕੇ ਮਾਰ ਛੜੇ ਨੇ, ਆਪਣੇ ਵਿੱਚੋਂ ਕੋਈ ਮਤਲਬ ਵੱਡ ਟੋਕ ਹੋਈ ਸੀ ਕਿ ਨਾ? ਸਾਡੇ ਕੋਈ ਜੀ ਨੀ ਮਰੇ। ਅੱਛਾ ਅੱਛਾ,
ਸਾਡੇ ਜਿਹੜੇ ਰਸਾਣੇ ਨਾ, ਹਾਂਜੀ ਹਾਂਜੀ, ਤੇ ਕੋਟਲੇ ਬਿਠੇ ਇਹਨਾਂ ਦੇ ਵਡੇਰੇ ਮਰੇ ਸਨ ਸਿੱਧੇ ਭੂ ਰਹਿ ਗਏ ਸਨ, ਉਹਦੇ ਲਾਉਂਦੇ ਸਾਡੀ ਦਾਦੀ ਖੁਦ ਰਹਿ ਗਈ ਸੀ, ਸਾਡੀ ਮਾਂ ਰਹਿ ਗਈ ਸੀ, ਸਾਡੀ ਭੂਆ ਵੀ ਇਹ ਰਹਿ ਗਏ, ਅਸੀਂ ਜਾਣਾ। ਅੱਛਾ, ਫੇਰ ਬਾਪੂ ਜਾ ਕੇ ਲੈ ਲੈਣ, ਨਹੀਂ ਤੁਹਾਡੀ ਦਾਦੀ ਤੇ ਮਾਂ ਤੇ ਭੂਆ ਕਹਿੰਦੇ ਅਸੀਂ ਨੀ ਜਾਣਾ ਪਿੰਡੋਂ, ਉਹ ਇੱਕ ਬੱਚਾ ਹੋਇਆ ਸਾਡੀ ਭੂਆ ਦਾ। ਅੱਛਾ, ਤੇ ਉਹ ਕਿੱਥੇ ਤੱਕ ਖੱਜੇ ਖਾ, ਸਾਰੇ ਘਰ ਹੀ ਆ ਜਾਣਾ, ਘਰ ਹੀ ਆ ਜਾਣਾ, ਉਹ ਫਿਰ ਬਾਪੂ ਜਾ ਕੇ ਲੈ ਲੈਣ। ਬਾਪੂ ਜੀ ਇੰਜ ਹੀ ਸਾਰਿਆਂ ਨੂੰ ਕਿ ਵੀ ਕੀ ਪਤਾ ਦੋ ਚਾਰ ਦਿਨ ਦਾ ਰੋਲਾ ਪਾ ਵਾਪਸ, ਪਤਾ ਹੀ ਨੀ ਸੀ ਪਏ ਕਿ ਵਾਪਸ, ਨਾ ਨਾ ਇਹ ਤਾਂ ਖੇਰ ਪਤਾ ਨੀ, ਪਤਾ ਨੀ ਵੀ ਇਹ ਕੰਮ ਬਣ ਜਾਣਾ ਸਾਡਾ। ਸੱਚੇ ਸੌਦੇ ਆਣ ਕੇ ਫੇਰ ਲੋਕੀ ਮੱਝੀ ਲਿਆਉਣ ਲੱਗ ਗਏ, ਸਾਡੇ ਮੱਝੀ ਲੈਣ ਗਏ। ਅੱਛਾ, ਤੇ ਉਹਨਾਂ ਗੋਲੀ ਚਲਾ ਦਿੱਤੀ ਗੋਲੀ ਮੁਸਲਮਾਨਾਂ ਤੇ, ਫੇਰ ਵਿੱਚੇ ਛੱਡ ਕੇ ਭੱਜ ਗਏ। ਬਜ਼ੁਰਗਾਂ ਨੂੰ ਪਤਾ ਵੀ ਕਿਵੇਂ ਉੱਥੋਂ ਕਿਵੇਂ ਨਿਕਲੇ, ਨਾਲ ਪਿੰਡ ਨੇੜੇ। ਅੱਛਾ, ਇਹ ਲਿਆ ਗੱਡਾ ਭਰ ਕੇ ਕਣਕ ਅਸੀਂ ਬਚਾਇਆ ਸਾਨੂੰ ਸਾਰਿਆਂ, ਤੇ ਆਟਾ ਕੁਛ ਨੀ ਲਿਆਂਦਾ ਬਾਪੂ ਜੀ ਕਰੋਂ, ਬੜਾ ਔਖਾ ਬਾਪੂ ਜੀ ਆਪਣਾ ਘਰ ਛੱਡ ਗਿਆ। ਹੋਰ ਜਿਹੜੇ ਪੈਸੇ ਪੈਸਾ ਪੁੱਤਾ ਹੀ ਲਾ ਉਹਦੇ ਲਏ ਸਨ, ਤੇ ਕੱਪੜਾ ਨੀ ਅਸੀਂ ਵੀ ਚੁੱਕਿਆ, ਕਿਸੇ ਆ ਜਾਣਾ ਆ ਜਾਣਾ, ਇਹਨੇ ਪਤਾ ਨੀ ਜਾਣਾ ਪਰ ਇਹ ਤੇ ਫਿਰ ਉਹ ਆ ਜਾ ਉਹ ਕੋਟੀ ਉਹ ਕੰਪ ਬਣ ਗਿਆ ਸੱਚੇ ਸੌਦੇ, ਲੋਕ ਇਕੱਠੇ ਹੋ ਗਏ ਨੇ ਉੱਥੇ ਇਕੱਠੇ ਹੋ, ਸੱਚੇ ਸੌਦੇ ਬਣਿਆ। ਅੱਛਾ, ਕੰਪਨੀ ਦਾ ਲੋਕ ਮਹੀਨਾ ਮਹੀਨਾ ਰਹੇ ਤੁਸੀਂ ਇੱਥੇ, ਗੋਲੀ ਚੱਲੀ ਸੀ ਕੰਪਨੀ ਚ। ਅੱਛਾ, ਗੱਡੀ ਆਈ ਹੈ ਇਧਰੋਂ ਛਦਰ ਵੱਲੋਂ। ਅੱਛਾ, ਤੇ ਬਾਲੀਗਾਂ ਕੋਈ ਕੁੜੀ ਲੋਕ ਆਖਣ ਪਾਕਿਸਤਾਨ ਗੱਡੀ ਲੈ ਗਈ ਸੀ ਪਰ ਕਿੱਥੋਂ ਦੋ ਜੀ ਜੀ, ਤੇ ਗੱਡੀ ਆ ਗਈ ਚੜੋ ਚੜੋ, ਉਹਨਾਂ ਕੋਲ ਗੋਲੀ ਚਲਾਤੀ, ਉੱਥੇ ਬੰਦੇ ਬੜੇ ਮਰੇ ਉਦੋਂ ਗੋਲੀ ਜਦੋਂ ਆਪਣਾ ਚਲਾਈ ਉਹਨਾਂ। ਅਸੀਂ ਸਾਡੇ ਪਿੰਡ ਦਾ ਸੀ ਉਹ ਕੈਂਠਾ ਸੀ ਉਹਦੇ ਨਾਲ ਇੱਥੇ ਬੰਦਾ। ਅੱਛਾ, ਉਹ ਲੱਗਾ ਉਹਦਾ ਲਾਣ ਦੇ ਉਹਨੂੰ, ਉਹ ਵੀ ਨਾਲ ਹੀ ਲੜ ਗਿਆ। ਬੜਾ ਔਖਾ ਟਾਈਮ ਸੀ ਬਾਬੂ, ਬੜਾ ਆਪਣਾ ਅੱਖੋਂ ਵੇਖਿਆ ਸਾਰਾ 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 ਛਦਰੇ ਜਦੋਂ ਗੱਡੀ ਖੜੀ ਸੀ ਖਿਲਾਰੀ ਨਾ, ਹਾਂਜੀ ਆਖਣ ਗਏ ਹੁਣ ਨੀ ਜਾਣ ਦੇ, ਹੁਣ ਨੀ ਜਾਣ ਦੇ, ਫੇਰ ਬਾਹਰ ਆ ਕੇ ਲਾਹੌਰ ਆ ਗਏ। ਇੱਥੋਂ ਗੱਡੀਆਂ ਤੇ ਆਏ ਬਾਪੂ, ਗੱਡੀਆਂ ਤੇ ਸਾਰੇ ਇਕੱਠੇ ਆ, ਇਕੱਠੇ ਆਏ ਸਾਰੇ ਇੱਕ ਗੱਡੀ। ਤੇ ਆਪਣਾ ਕੋਈ ਇਹੋ ਜਿਹਾ ਕੰਮ ਤੇ ਨੀ ਹੋਇਆ, ਜਾਨੀ ਹਮਲਾ ਕੋਈ ਇਹੋ ਜਿਹਾ ਕੰਮ ਤੇ ਨੀ ਹੋਇਆ? ਨਾ ਨਾ, ਸਾਡੇ ਸਹੀ ਸਲਾਮਤ ਆਏ ਜੀ। ਹਾਂ, ਸਹੀ ਸਲਾਮਤ ਆਇਆ। ਹਾਂ ਹਾਂ, ਅਸੀਂ ਤਾਂ ਰਾਤ ਰਹੇ ਅੰਮ੍ਰਿਤਸਰ। ਅੱਛਾ, ਅੰਮ੍ਰਿਤਸਰ ਰਹੇ, ਫੇਰ ਆ ਗਿਆ ਇਹਨਾਂ ਨਾਨਕੇ ਕਿੱਥੇ ਹੋਏ ਸੌਂਕੜਿਆਂ ਵਾਲੇ ਆਪਣਾ ਜਿਹੜੇ ਹਮਲਾਵਰ ਹੁੰਦੇ ਹਨ, ਜਿਵੇਂ ਲਾ ਲਓ ਆਪਣੇ ਸਿੱਖਾਂ ਚ ਵੀ, ਹਿੰਦੂਆਂ ਚ ਵੀ ਲਾ ਲਓ, ਮੁਸਲਮਾਨਾਂ ਚ ਵੀ, ਕਹਿੰਦੇ ਉਦੋਂ ਉਹਨਾਂ ਨੇ ਆਪਣਾ ਖੂਹਾਂ ਚ ਜ਼ਹਿਰ ਪਾ ਦਿੱਤਾ। ਖੂਹਾਂ ਚ ਜ਼ਹਿਰ ਪਾ ਦਿੱਤਾ? ਨਹੀਂ, ਉਦੋਂ ਨੀ ਵੇਖਿਆ ਜ਼ਹਿਰ, ਉਹਨਾਂ ਮਾਰੇ ਉਹ ਜਿਹੜਾ ਤੇਰਾ ਮੇਰਾ ਪਿਆਰ ਹੈ, ਮੈਂ ਹੀ ਤੇਰਾ ਦੁਸ਼ਮਣ ਹੋ ਗਿਆ, ਤੂੰ ਮੇਰਾ ਹੋ ਗਿਆ। ਸਹੀ ਗੱਲ, ਬੜੀ ਬੜੀ ਹੱਟ ਹੋਈ, ਬੜੀ ਵੱਧ ਕਰ। ਤੇ ਬਾਪੂ ਜੀ ਤੁਸੀਂ ਅੰਮ੍ਰਿਤਸਰ ਆ ਗਏ, ਉਦੋਂ ਤੁਹਾਨੂੰ ਸਾਹ ਚ ਸਾਹ ਪਿਆਉਣਾ, ਚਲੋ ਹੁਣ ਆਪਣਾ ਮੁੜ ਕੇ ਜਾ, ਫੇਰ ਵੀ ਉਦੋਂ ਇੰਨਾ ਵੇਖਲਾ ਨਾ ਨੀ ਬਈ, ਇੰਨਾ ਥਾਂ ਵਿੱਚ ਗੁਰਦੁਆਰਾ ਰਿਹਾ ਸੀ, ਉਹਦਾ ਇੰਨੇ ਲੋਚ ਪੈਦਾ ਹੋ ਗਿਆ, ਹੁਣ ਤਾਂ ਸਿਸਟਰ ਲੋਕ ਮੰਨਦੇ ਨਾ। ਸਹੀ ਗੱਲ, ਮੈਂ ਬਿਮਾਰ ਹੋ ਗਿਆ, ਦਾਣਾ ਸਾਡਾ ਮਰ ਗਿਆ, ਇੱਕ ਸਾਡਾ ਮਾਮਾ ਸੀ ਸੌਂਕੜੇ ਵਾਲਾ ਜਿਹੜੇ, ਤੇ ਜਿਹੜਾ ਚਸਕੇ ਵੇਚਦਾ ਪਿਓ ਜਿਹੜਾ ਸੀ, ਹਾਂਜੀ, ਉਹਨੂੰ ਬੇਚਾਰੇ ਲੱਤ ਵੱਡੀ ਸੀ, ਉਹਨੂੰ ਗੱਡੀ ਚ ਪਾ ਕੇ ਫਿਰ ਕਿੱਧਰ ਗਿਆ। ਬੜਾ ਔਖਾ ਟਾਈਮ ਸੀ ਬਾਬਾ, ਬਹੁਤ ਔਖਾ। ਬੜਾ ਅੱਜ ਸਾਨੂੰ ਕੋਈ ਆਖੇ ਪਰੇ ਘਰ ਛੱਡ ਕੇ ਨਿਕਲੋ, ਥੋੜੀ ਜਲਦ ਹੋਏ ਵੱਧ ਪੈਂਦੇ ਆ, ਹੁਣ ਕੀ ਪਤਾ ਛੱਡ ਕੇ ਜਾਣੀ। ਸਹੀ ਗੱਲ।
ਬਹੁਤ ਬੁਰੀ ਹੋਈ, ਬਹੁਤ ਬੁਰੀ ਹੋਈ। ਤੇ ਬਾਪੂ ਜੀ ਹੁਣ ਇਹ ਦੱਸੋ ਵੀ ਆਪਣਾ ਤੁਹਾਡਾ ਖੂਹ ਵੀ ਹੁੰਦਾ ਸੀ ਪਿੰਡ ਚ ਕਿ ਨਹੀਂ? ਕੋਈ ਖੂਹ ਪਿੰਡ ਦੇ ਸੀ? ਪਿੰਡ ਸਾਡੇ ਵਿੱਚ ਚਾਰ ਮੇਰੇ ਪਿੰਡ ਦੋ ਤਰ੍ਹਾਂ ਖੂਹ ਦਾ ਵਗਦੇ, ਦੋ ਤਰ੍ਹਾਂ ਖੂਹ ਵਗਦੇ ਵਗਦੇ ਸਨ। ਸਾਡਾ ਖੂਹ ਸੀ ਉਹ ਪਿੰਡ ਇੱਥੋਂ ਜਿਹਾ ਇੰਨੀ ਦੂਰ ਸੀ ਮੇਰਾ ਪਿੰਡ, ਉਹਨੂੰ ਪਾਣੀ ਨਹੀਂ ਸੀ ਚੰਗਾ ਨਿਕਲਿਆ, ਨਾਲ ਨਾਲ ਸੀ ਤੇ ਨਾਲ ਮੋਗਾ ਸੀ ਸਾਡੀ ਪੜੀ ਚ। ਤੁਹਾਡਾ ਪਾਣੀ ਮਤਲਬ ਪੈਂਚ ਭਰਦੇ ਹਨ ਜਾਂ ਤੁਸੀਂ ਭਰ ਕੇ ਖੁਦ ਲਿਆਉਂਦੇ ਹੁੰਦੇ? ਜਾਂ ਸਾਡੇ ਨਲਕੇ ਲੱਗੇ ਸਨ, ਨਲਕੇ ਲੱਗੇ ਹਨ, ਨਲਕੇ ਸਾਡੇ ਪਾਣੀ ਉੱਤੇ ਸਨ। ਠੀਕ ਠੀਕ ਠੀਕ। ਤੇ ਆਪਣੇ ਪਿੰਡ ਵਿੱਚ ਮਸੀਤ ਵੀ ਹੁੰਦੀ ਸੀ ਕੋਈ ਬਾਪੂ ਜੀ? ਮਸੀਤ ਰਹੀ ਸੀ, ਮਸੀਤ ਰਹੀ ਸੀ, ਮੈਂ ਚੜ੍ਹਦੇ ਪਾਸੇ ਸੀ। ਚੜ੍ਹਦੇ ਪਾਸੇ ਸੀ? ਠੀਕ ਹੈ, ਛੋਟੀ ਜਿਹੀ ਸੀ, ਛੋਟੀ ਜਿਹੀ ਸੀ ਮਸੀਤ। ਤੇ ਬਾਪੂ ਜੀ ਜਿਵੇਂ ਆਪਣਾ ਕੋਈ ਪਿੰਡ ਵਿੱਚ ਕੋਈ ਮਤਲਬ ਲਾ ਲਓ ਇਹਨਾਂ ਦਾ ਤਿਉਹਾਰ ਹੋਣਾ, ਕੋਈ ਮੁਸਲਮਾਨਾਂ ਦਾ ਲਾ ਲਓ ਜਾਂ ਆਪਣਾ ਤਿਉਹਾਰ ਹੋਣਾ, ਕੋਈ ਮੁਸਲਮਾਨ ਕੁਛ ਆਉਂਦੇ ਨੇ ਹੁੰਦਾ? ਨਾ ਨਾ, ਸਾਡੇ ਪਿੰਡ ਹਿਲਦੇ ਵੀ ਨਹੀਂ ਸਨ ਮੁਸਲਮਾਨ। ਇੱਥੇ ਸਾਡੇ ਜਿਹੜੇ ਕਰਿਆਰ ਸੀ ਇਹਨਾਂ ਪਿੰਡਾਂ ਹੀ ਨਾ, ਸਾਡਾ ਸਿੱਖਾਂ ਦਾ ਜ਼ੋਰ ਸੀ, ਸਾਰਾ ਪਿੰਡ ਸਾਰੇ ਸਿੱਖਾਂ ਸਨ। ਇਹ ਤਾਂ ਮੁਸਲਮਾਨ ਕੋਈ ਕਮੀ ਕੁਮੀ ਸਾਰੇ, ਜਾਂ ਜਿਹੜੀ ਬੁੱਢੀ ਕੜੀਆ ਉੱਥੇ ਸਨ ਮੁਸਲਮਾਨ ਸਾਰਾ ਪਿੰਡ। ਤੁਹਾਡੇ ਪਿੰਡ ਆਪਣਾ ਰੋਪ ਸਿੱਖਾਂ ਦਾ ਸੀ ਜ਼ਿਆਦਾ? ਸਾਰਾ ਨੰਬਰਦਾਰੀ ਤੁਹਾਡੇ ਕੋਲ ਸੀ? ਸਾਰਾ ਕੁਝ ਸਾਡੇ ਕੋਲ ਸੀ, ਤੁਹਾਡੇ ਕੋਲ ਸੀ। ਤੇ ਬਾਪੂ ਜੀ ਆਪਣੇ ਪਿੰਡ ਵਿੱਚ ਕੋਈ ਬਾਜ਼ਾਰ ਵੀ ਹੁੰਦਾ ਸੀ, ਕੋਈ ਕਿਰਾਣੇ ਦੀ ਦੁਕਾਨ ਕੋਈ ਲਾ ਲਓ? ਉਹਨਾਂ ਦੇ ਮਕਾਨ ਪੱਕੇ ਸਨ, ਖੱਤਰੀ ਸਨ ਜਾਂ ਮਤਲਬ? ਖੱਤਰੀ ਸਨ। ਖੱਤਰੀ ਹਨ, ਕਿਹੜਾ ਕਰਦਾ ਹੁੰਦਾ ਸੀ ਦੁਕਾਨ? ਕਿਤੇ ਤੁਸੀਂ ਸੌਦਾ ਪਤਾ ਲੈਂਦੇ ਹੋ? ਮੈਨੂੰ ਇਹ ਨਹੀਂ ਸੌਦਾ ਪਤਾ, ਵਿਚਰ ਸਾਰੇ ਬਾਜ਼ਾਰ ਜਿਹੜਾ ਸੀ ਗੁਰਦੁਆਰੇ ਕੋਲ ਦੋਈ ਪਾਸੇ ਦੁਕਾਨਾਂ ਹਨ। ਠੀਕ ਠੀਕ। ਸੁਨਿਆਰੇ ਦੀ ਦੁਕਾਨਾਂ? ਸੁਨਿਆਰੇ ਵੀ ਹੁਣ ਪਿੰਡ ਬੈਠਾ, ਸੁਨਿਆਰੇ ਸਾਡੇ ਸਾਧਾ ਬੈਠਣ ਦਾ ਕਰਨਾਲ। ਅੱਛਾ, ਕਰਨਾਲ। ਠੀਕ ਠੀਕ। ਬਾਹਮਣ ਸਾਡੇ ਪਿੰਡ ਦੇ ਬੈਠੇ ਜੀ, ਇੱਥੇ ਦੇ ਲਾਡਵੇ। ਅੱਛਾ ਅੱਛਾ, ਇਸ ਵਾਰ ਸਾਰੇ ਤੁਹਾਡੇ ਨਾਲ ਹੀ ਆ ਗਏ ਹਨ? ਵੰਡ ਹੋਈ ਹੈ ਸਾਡਾ। ਠੀਕ ਠੀਕ। ਤੇ ਬਾਪੂ ਜੀ ਹੁਣ ਇਹ ਦੱਸੋ ਵੀ ਤੁਹਾਡਾ ਯਾਰ ਬਿੱਲੀ ਕਿਹੜਾ ਹੁੰਦਾ ਜਿਹੜਾ ਤੁਹਾਡੇ ਨਾਲ ਛੋਟੇ ਹੁੰਦੇ ਖੇਡਦਾ ਹੁੰਦਾ ਸੀ? ਯਾਰ ਬਿੱਲੀ ਦਾ ਨਾਂ ਯਾਦ ਨਾ? ਸਾਡੇ ਆਪੇ ਖੇਡਦੇ ਹੁੰਦੇ ਸਾਰੇ ਕੰਮੀ ਵੀ ਝੂੜੇ ਸਨ ਇਸ ਗੁਆਂਢ ਉਹ ਸਾਰੇ। ਕੀ ਨਾਂ ਸੀ ਝੂੜਿਆਂ ਦਾ, ਮਤਲਬ ਕਿਸੇ ਦਾ ਨਾਂ ਯਾਦ ਹੋਵੇ? ਝੂੜਿਆਂ ਦਾ ਨਾਂ ਕਈਆਂ ਦੇ ਨਾਂ, ਇੱਕ ਅੱਧੇ ਦਾ ਕਿਸੇ ਦਾ ਨਾਂ ਜੇ ਤੁਹਾਡੇ ਘਰਾਂ ਚ ਆਉਂਦੇ ਹੁੰਦੇ ਅਮਰਾਸੀ ਦਾ ਨਾਂ ਹੋਵੇ ਕਿਸੇ ਦਾ? ਪਰਿਵਾਰ ਜਿਉਂਦਾ ਹੀ ਹੋ ਸੁਣ ਕੇ ਉਹ ਅਕੇਲਾ ਵੀ ਸਾਡੇ ਸਾਡੇ ਤਾਂ ਆਪਣੇ ਸਿੱਖ ਨੇ ਸਾਡੇ ਉੱਠ ਕੇ ਗਏ ਨੇ, ਅੱਜ ਵੀ ਯਾਦ ਕਰਦਾ ਉੱਥੇ ਜਾਂਦੀਆਂ ਨੇ। ਆਪਾਂ ਨੇ ਕਈਆਂ ਦੀ ਗੱਲਾਂ ਵੀ ਕਰਾਈਆਂ ਬਾਪੂ ਜੀ, ਐਵੇਂ ਕੋਈ ਯਾਰ ਬਿੱਲੀ ਮਿਲਣਾ, ਕੀ ਪਤਾ ਤੁਹਾਡੀ ਉਮਰ ਦਾ ਕੋਈ ਯਾਰ ਬਿੱਲੀ ਜਿਉਂਦਾ ਹੀ ਹੋਵੇ। ਕਿੰਨੇ ਦਿਨ ਲੱਗਦਾ ਹੁੰਦਾ ਮੇਲਾ ਵਿਸਾਖੀ ਦਾ? ਦੋ ਦਿਨ ਲੱਗਦਾ। ਤੇ ਕੁੜੀਆਂ ਵੀ ਹੁੰਦੀਆਂ? ਵਾਹ ਵਾਹ, ਕੁੜੀ ਸਾਰਾ ਕੋਲ ਹੁੰਦਾ ਹੈ ਨਾ। ਸੌ ਗਿਆਨੇ ਪਾਸੇ ਖਾਰਾ ਸੀ, ਪੱਠਾ ਸੀ, ਉੱਥੇ ਪੱਠੇ ਦੇ ਕੋਲ। ਠੀਕ। ਤੇ ਬਾਪੂ ਜੀ ਹੁਣ ਇਹ ਦੱਸੋ ਵੀ ਵੰਡ ਤੋਂ ਪਹਿਲਾਂ ਜਿਵੇਂ ਆਪਣਾ ਜਿਹੜੀ ਵੱਢ ਟੁੱਕ ਹੋਈ, ਉਸ ਤੋਂ ਪਹਿਲਾਂ ਆਪਣਾ ਮੁਸਲਮਾਨਾਂ ਨਾਲ ਪਿਆਰ ਕਿਹੋ ਜਿਹਾ ਹੁੰਦਾ? ਪਿਆਰ ਠੀਕ ਸੀ, ਲੋਕ ਬਸ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਸਾਡੀ ਲੜਾਈ ਹੋ ਪਏ ਸਾਰਾ। ਜਿਵੇਂ ਕਿਸੇ ਮੁਸਲਮਾਨੇ ਦਾ ਵਿਆਹ ਹੋਣਾ, ਕਿਸੇ ਧੀ ਦਾ ਸਾਲ ਹੀ ਖਰਲ ਸੀ ਉਹਦਾ ਪਿੰਡ, ਉਹ ਸਾਡੇ ਵਿਆਹਾਂ ਚ ਮੱਝੀ ਦਿੰਦੇ ਰਹੇ ਸੀ ਸਾਨੂੰ। ਇੰਨਾ ਪਿਆਰ ਸੀ
ਬਾਬੇ ਜੋ ਤੁਸੀਂ ਇੱਧਰ ਆ ਗਏ ਦੁਬਾਰਾ ਆਪਣਾ ਪਿੰਡ ਵੇਖਣ ਗਏ ਕਦੀ ਕਦੀ? ਨਾ ਨਾ ਕਦੀ ਨੀ ਗਿਆ, ਨਾ ਨਾ ਨੀ ਦਿਲ ਕਰਦਾ ਪਿੰਡ ਵੇਖਣ ਨੂੰ? ਪਿੰਡ ਦੇ ਪਿੰਡ ਦੇ ਤੁਹਾਡਾ ਜੰਪਲ ਉੱਥੇ ਦਾ ਉਹ ਸਾਡੇ ਪਿੰਡ ਦੇ ਰਹਿ ਨਾ ਜ਼ਿੰਮੇਵਾਰਾਂ ਸੁਰਗ ਸੀ ਪਾਣੀ ਖੂਹਾਂ ਦੇ ਚੰਗੇ ਜੀ ਜੀ ਤੇ ਨਹਿਰਾਂ ਦਾ ਪਾਣੀ ਦੋ, ਹੁਣ ਸਾਡੇ ਪਿੰਡ ਮੋਗਾ ਲੱਗੇ ਬੜਾ ਤਗੜਾ, ਸਾਰੇ ਮੁੰਜੀ ਲੱਗ ਗਏ ਸੀ, ਸਾਡੇ ਪਿੰਡ ਮੁੰਜੀ ਖੋਲੀ ਹੁੰਦੀ? ਅੱਛਾ ਜੀ, ਮੁੰਜੀ ਨਹੀਂ ਹੁੰਦੀ ਹੈ, ਆਪਣਾ ਮੁੰਜੀ ਮਾਂਜੀ ਇਕੱਠੀ ਹੁੰਦੀ ਫਸਲ, ਕਿਹੜੀ ਮੰਡੀ ਸੱਟਦੇ ਹੁੰਦੇ? ਮੰਡੀ ਸਾਡਾ ਸ਼ੇਖਪੁਰ ਜਾਂਦੀ, ਸ਼ੇਖਪੁਰੇ ਜਾਂਦੀ, ਸ਼ੇਖਪੁਰੇ ਸਾਨੂੰ ਓਨਾ ਹੀ ਸ਼ੇਖਪੁਰਾ ਸੀ, ਓਨਾ ਹੀ ਕੋਈ ਰਾਹ ਵਿਚਲੇ ਸਨ ਸਾ। ਅੱਛਾ, ਵਿਚਲੇ ਦਿਲ ਕਰਦਾ ਪਿੰਡ ਵੇਖਣ ਤੁਹਾਡਾ, ਮਤਲਬ ਅਗਰ ਅੱਜ ਤੁਹਾਨੂੰ ਮੌਕਾ ਮਿਲਿਆ ਤੁਸੀਂ ਪਿੰਡ ਜਾਓ, ਜਾ ਕੇ ਘਰ ਸੰਭਾਲ ਲੋਗੇ ਆਪਣੇ ਆਪ? ਸਾਡੇ ਨਾਲ ਘਰ ਦੇ ਦਾਰਾ ਸੀ, ਬੜੀ ਛਾਂ ਸੀ ਉੱਥੇ, ਕਮਾਈ ਰਹਿੰਦੀ ਸੀ, ਬੜੇ ਉੱਥੇ ਮੰਜੀਆਂ ਲੈ ਕੇ ਸਾਰੇ ਆ ਗਏ ਦੁਪਹਿਰੇ, ਅੱਜ ਕੱਲ ਮੇਲਾ ਲੱਗਿਆ ਹੁੰਦਾ, ਸਾਰੇ ਬਹਿ ਜਾਂਦੇ ਸਾਰੇ, ਕੋਈ ਮੁਸਲਮਾਨ ਦੱਸਿਆ ਕਿ ਕੋਈ ਵਡਾਰਾ ਸੀ, ਕੁੜੀ ਦਾ ਰਾਜ ਨੇ ਪਾਇਆ, ਬਿਲਕੁਲ ਇਹਦੇ ਭਰਾ ਜੇ ਉਧਰ ਵਿਆਹਾਂ ਢੰਗਾਂ ਦੇ ਬਹਿੰਦੇ ਸਨ, ਜਾਂਦੇ ਸਨ, ਮੇਲੇ ਤਾਂ ਸਾਡੀ ਲੜਾਈ ਹੋਣੀ, ਸਹੀ ਗੱਲ। ਇਹਨਾਂ ਨਾਲ ਨਿਯੰਤਰਾ ਭਾਜੀ ਵੀ ਹੁੰਦੀ ਸੀ ਮੁਸਲਮਾਨਾਂ ਨਾਲ, ਜਿਵੇਂ ਸਾਰਾ ਕੁਝ ਢੰਗਾਂ ਦੇ ਸਾਥ ਹੁੰਦੇ ਨਾ, ਢੰਗਾਂ ਲੋਕ ਧੀਆਂ ਭੈਣਾਂ ਜਾ ਕੇ ਸਾਰਾ ਕੁਝ ਕਰਦੇ ਹਨ, ਪਿਆਰ ਆ ਪਿਆਰ, ਸਹੀ ਗੱਲ। ਤੇ ਬਾਪੂ ਜਿਵੇਂ ਆਪਣੇ ਪਿੰਡ ਵਿੱਚ ਕੋਈ ਛੋਟੀ ਮੋਟੀ ਗੱਲ ਹੋ ਜਾਣੀ ਕਿਸੇ ਨਾਲ, ਮੁਸਲਮਾਨ ਨਾਲ ਜਾਂ ਹਿੰਦੂ ਨਾਲ ਕਿਸੇ ਨਾਲ, ਤੇ ਮਤਲਬ ਪਿੰਡ 'ਚ ਨਿਬੜ ਜਾਂਦੀ ਹੈ ਲੋਕੀ ਥਾਣੇ? ਸਾਡੇ ਕਦੇ ਨਹੀਂ ਥਾਣੇ ਗਏ, ਸਾਡੇ ਉਹ ਕੜਿਆ ਸੀ ਉੱਥੇ, ਅਮਰੇ ਦੂਪ ਕਦੋਂ ਹੋ ਜਾ, ਸਾਡੇ ਪਿੰਡ 'ਚ ਤਾਂ ਲੜਾਈ ਸੀ ਹੋਈ, ਕਦੇ ਥਾਣੇ ਨਹੀਂ, ਉੱਥੇ ਬਹਿ ਕੇ ਉੱਥੇ ਸੰਭਾਲ ਲੈਂਦੇ ਹਾਂ, ਉੱਥੇ ਸੰਭਾਲ ਲੈਂਦੇ, ਸਹੀ, ਸਾਡੇ ਪਿੰਡ ਨਹੀਂ ਵੇਖੇ ਥਾਣੇ ਜਾਂਦਾ ਕੋਈ ਜਿਹੜੇ ਹੋਏ। ਤੇ ਬਾਪੂ ਜੀ ਤਾਂ ਮਾਲ ਡੰਗਰ ਵਾਹ ਰੱਖਿਆ ਸੀ ਪਿੰਡ ਹੋਰ? ਅੱਛਾ ਅੱਛਾ, ਘੋੜੀਆਂ ਰੱਖੀਆਂ? ਘੋੜੀਆਂ ਵੀ ਸਨ ਸਾਡੇ, ਸਾਰਿਆਂ ਕੋਲ ਘੋੜੀਆਂ ਹਨ, ਅੜੇ ਇੱਧਰ ਆਈਆਂ ਹਨ ਘੋੜੀਆਂ। ਅੱਛਾ, ਇੱਧਰ ਵੀ ਆਈਆਂ ਹਨ, ਠੀਕ, ਮੱਝੀ ਨੀ ਆਈਆਂ, ਘੋੜੀਆਂ ਆ ਗਈਆਂ, ਵੱਡਾ ਆਇਆ ਸੀ ਕਾਬਲੇ ਨਾਲ। ਅੱਛਾ ਅੱਛਾ, ਉਹ ਘੋੜੀਆਂ ਲਿਆ ਸੀ, ਉਹ ਲਿਆਏ ਹਨ ਘੋੜੀਆਂ, ਉਹ ਸਾਡੇ ਇੱਥੇ ਮੈਨੂੰ ਸਾਡੇ ਕੰਮ ਨੀ ਆਈਆਂ, ਇੱਕ ਕੋਠੀਏ ਲੈ ਗਿਆ ਮੰਗ ਕੇ, ਉਹ ਲੈਂਦੇ ਇੱਕ ਘੋੜਾ ਸੀ, ਉਹ ਸਾਡੇ ਤਾਏ ਵੇਚ ਛੜਿਆ, ਠੀਕ ਠੀਕ, ਘੋੜੀ ਘੜੀਆਂ ਆਈਆਂ। ਤੇ ਬਾਪੂ ਜੀ ਹੁਣ ਇਹ ਦੱਸੋ, ਦੋ ਮਿੰਟ ਲੈਣੇ ਨੇ, ਹੁਣ ਇਹ ਦੱਸੋ ਵੀ ਉਹ ਟਾਈਮ ਚੰਗਾ ਸੀ ਕਿ ਇਹ ਟਾਈਮ ਚੰਗਾ ਤੁਹਾਡੇ ਹਿਸਾਬ ਨਾਲ? ਮੈਂ ਜਾਣਾ ਉਹ ਚੰਗਾ ਸੀ, ਉਦੋਂ ਲੋਕਾਂ ਜਿੰਨਾ ਪਿਆਰ ਹੋਣਾ, ਪਿਆਰ ਹੋਣ ਤੂੰ, ਤੇਰਾ ਪਤਾ ਹੀ ਨੀ ਕਿਹਦੇ ਨਾਲ ਪਿਆਰ ਦੇ, ਕੌਣ ਦੁਸ਼ਮਣ ਤੇਰਾ, ਇਹ ਪਤਾ ਲੱਗਦਾ ਹੈ? ਇਹ ਪਤਾ ਕੋਈ ਨਹੀਂ ਪਤਾ, ਨਹੀਂ ਤੇ ਜਿਹੜਾ ਪਿਆਰ ਸੀ ਲੋਕਾਂ ਦੇ, ਤਾਂ ਮੌਤ ਵੀ ਆਵੇ ਤਾਂ, ਸਹੀ ਗੱਲ, ਬਹੁਤ ਪਿਆਰ ਸੀ ਉਹ ਟਾਈਮ, ਚੰਗਾ ਸੀ ਬਾਪੂ ਜੀ, ਬਹੁਤ ਚੰਗਾ, ਉਦੋਂ ਲੋਕੀ ਇੱਕ ਦੂਜੇ ਦੀ ਮਦਦ ਵੀ ਕਰਦੇ ਆ, ਸਾਰਾ ਕੁਝ, ਕੋਈ ਵੀ ਆਪਣਾ ਆਪਣੇ ਦੋ ਮੱਝਾਂ ਦਿੱਤੀਆਂ ਹੈ ਨਾ, ਬਿਲਕੁਲ ਇੰਨਾ ਪਿਆਰ ਹੋਣਾ ਉਦੋਂ ਲੋਕ, ਉਹ ਗੱਲਬਾਤ ਨੀ ਰਹੇਗੀ, ਹੁਣ ਲੋਕ ਠੀਕ ਆ, ਨਹੀਂ ਤਾਂ ਜੇ ਇੱਕ ਨਾ ਚੰਗਾ ਕਰਦਾ ਦਿਨ ਕਰਦਾ, ਉਹਦੇ ਕਈ ਪੀੜੀਆਂ ਨਾਲ ਲੱਗੇ, ਚੰਗਾ ਕੀਤਾ।
ਤੇ ਬਾਪੂ ਜਿਹੜੀ ਇੰਨੀ ਵੱਢ ਟੁੱਕ ਹੋਈ ਹੈ ਲਾ ਲਓ ਤੁਹਾਡੇ ਪਿੰਡ ਚਲੋ ਇਹੋ ਜਿਹਾ ਕੰਮ ਨਹੀਂ ਹੋਇਆ, ਕਈ ਪਿੰਡ ਦੇ ਪਿੰਡ ਖਤਮ ਕਰਤੇ ਤੁਸੀਂ ਦੱਸ ਰਹੇ ਹੋ, ਕਈ ਪਿੰਡ ਦੇ ਪਿੰਡ ਖਤਮ ਕਰਤੇ ਹਨ, ਕਈ ਸਿੱਖ ਮੁਸਲਮਾਨ ਬਣ ਕੇ ਨਿਕਲੇ ਹਨ, ਮੁਸਲਮਾਨ ਉਹ ਜਿਹੜੇ ਬਣ ਗਿਆ ਉਹਨਾਂ ਨੇ ਮਾਰ ਛੱਡਿਆ ਜਿਹੜਾ ਫਿਰ ਬਚਿਆ ਹੈ ਆਪਣੇ ਜਿਹਨੂੰ ਕੋਈ ਰਹਿ ਗਿਆ ਬਾਪੂ ਜੀ ਮੁਸਲਮਾਨ ਆਪਣੇ ਚੋਂ ਕੋਈ ਮੁਸਲਮਾਨ ਬਣ ਸਾਰੇ ਆ ਗਏ ਹਨ ਜਿਹਨਾਂ ਨੂੰ ਕਰ ਲਿਆ ਨੇ ਉਹ ਮਾਰ ਛੱਡਿਆ ਸਾਡੇ ਕੰਪਨੀ ਚ ਪਤਾ ਲੱਗ ਗਿਆ ਮਾਰ ਛੱਡਿਆ ਮਾਰ ਛੱਡੇ ਨਾ ਦਿਨੋ ਦਿਨ ਕਰਕੇ ਮਾਰਿਆ ਤੇ ਬਾਪੂ ਜੀ ਇੰਨੀ ਵੱਡ ਟੁੱਕ ਹੋਈ ਹੈ ਵੀ ਇਹ ਕੰਮ ਤੁਹਾਡੇ ਹਿਸਾਬ ਨਾਲ ਵੀ ਆਪਣਾ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਚਲੋ ਪਿਆਰ ਨਾਲ ਹੋ ਜਾਂਦਾ ਪਿਆਰ ਨਾਲ ਹੋ ਜਾਂਦੀ ਬਾਹਰ ਨਿਕਲਦੇ ਨਿਕਲ ਬੈਠੇ ਨਿਕਲ ਲੱਗਾ ਸੀ ਇਹਨਾਂ ਨੂੰ ਰੋਸਮੇਟ ਕਰ ਲੈਣਾ ਚਾਹੀਦਾ ਅਖਬਾਰ ਪੜ੍ਹਦਾ ਠੀਕ ਹੈ ਬਾਪੂ ਜੀ ਫਿਰ।